ਅਸਲਾਮ ਅਲੈਕਮ ਵੀਰਵਰਸ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੈਂ ਮੁਹੰਮਦ ਅੰਦਰ ਜੋਈਆ, ਤੁਸੀਂ ਦੇਖ ਰਹੇ ਹੋ ਪੰਜਾਬੀ ਵਿਸਾਖ। ਅਤੇ ਪੰਜਾਬੀ ਵਿਸਾਖ ਦੇ ਵਿੱਚ ਜਨਾਬ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਲੈਕ ਹੋਲ ਇੰਜਨ, 22-24 ਹਾਰਸ ਪਾਵਰ ਦਾ ਬਲੈਕ ਹੋਲ ਇੰਜਨ। ਇਸ ਨੂੰ ਜਨਾਬ ਅਸੀਂ ਕਰਨ ਲੱਗੇ ਹਾਂ ਸਟਾਰਟ। ਅਤੇ ਜਨਾਬ ਅਸੀਂ ਜੋ ਵੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਬੜੀ ਮਿਹਨਤ ਬਾਅਦ ਲੱਭਦੇ ਹਾਂ। ਅਤੇ ਇੱਕ ਹੀ ਇੰਜਨ ਤੁਹਾਨੂੰ ਨਹੀਂ ਦਿਖਾ ਰਹੇ, ਮੁਖਤਲਿਫ ਇਲਾਕਿਆਂ 'ਚ ਜਾ ਕੇ ਮੁਖਤਲਿਫ ਇੰਜਨ ਲੱਭਦੇ ਹਾਂ, ਮੁਖਤਲਿਫ ਪਾਵਰਾਂ। ਇਹ ਜਨਾਬ 22-24 ਹਾਰਸ ਪਾਵਰ ਦਾ ਇੰਜਨ, ਇਹ ਬੈਸਟ ਐਵਰੇਜ ਇਸ ਦੀ ਜਨਾਬ ਹੈ 2.5-3 ਲੀਟਰ। ਅਤੇ ਪਿੱਛੇ ਦੇਖ ਰਹੇ ਹੋ ਸਰ ਤੁਸੀਂ, ਆਰਾ ਮਸ਼ੀਨ ਦੇ ਨਾਲ ਇਹ ਵਰਕ ਕਰਦਾ। ਅਤੇ ਇਸ ਜਨਾਬ ਬਹੁਤ ਹੀ ਪਿਆਰੀ ਵੀਡੀਓ, ਅਤੇ ਉਮੀਦ ਹੈ ਤੁਹਾਨੂੰ ਬਹੁਤ ਹੀ ਅੱਛੀ ਲੱਗੇਗੀ ਵੀਡੀਓ। ਅੱਛੀ ਲੱਗੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜਨਾਬ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਹੋਰ ਮਜ਼ੇ ਦੀ ਗੱਲ ਜਨਾਬ, ਇਸ ਦੀ ਟੈਂਕੀ ਜਿਹੜੀ ਇਸ ਦੀ ਤੇਲ ਵਾਲੀ ਹੈ, ਉਹ ਉਸ ਤੋਂ ਮਦਦ ਨਹੀਂ, ਇਸ ਦੇ ਵਿੱਚ ਹੀ ਤੇਲ ਵਾਲੀ ਟੈਂਕੀ ਫਿੱਟ ਕੀਤੀ ਹੋਈ ਜਨਾਬ ਇਸ ਦੀ। ਅਤੇ ਅਸੀਂ ਇਹ ਜਨਾਬ ਸਟਾਰਟ ਕਰਾਂਗੇ, ਇਸ ਨੂੰ ਗੇੜਾ ਸ਼ੇੜਾ ਲਾ ਕੇ ਉਹ ਤੁਹਾਨੂੰ ਦਿਖਾਵਾਂਗੇ ਕਿ ਇਹ ਕਲਚਰ ਕਿਸ ਤਰ੍ਹਾਂ ਅਸੀਂ ਲੱਭਦੇ ਹਾਂ ਤੁਹਾਡੇ ਲੀਡਰਾਂ ਵਾਸਤੇ। ਇਹ ਬਹੁਤ ਨਾਇਆਬ ਕਲਚਰ, 50-60 ਈਅਰ ਓਲਡ, ਮਤਲਬ ਕਿ 50-60 ਸਾਲ ਪੁਰਾਣਾ ਇਹ ਕਲਚਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਮੀਦ ਕਰਦੇ ਹਾਂ ਜਨਾਬ ਤੁਹਾਨੂੰ ਵੀਡੀਓ ਬਹੁਤ ਅੱਛੀ ਲੱਗੇਗੀ। ਹੁਣ ਜਨਾਬ ਇਸ ਦਾ ਪ੍ਰੋਸੈਸ ਸ਼ੁਰੂ ਕਰਨੇ, ਇਸ ਨੂੰ ਸਟਾਰਟ ਕਰਨੇ ਆ, ਉਹ ਸਟਾਰਟ ਕਰਕੇ ਦਿਖਾਉਂਦੇ ਹਾਂ ਤੁਹਾਨੂੰ ਕਿ ਬਲੈਕ ਹੋਲ ਇੰਜਨ ਕਿਸ ਤਰ੍ਹਾਂ ਸਟਾਰਟ ਹੁੰਦਾ। ਤੁਸੀਂ ਰਹਿਣਾ ਸਾਡੇ ਨਾਲ। ਜੀ ਅਸਲਾਮ ਵਾਲੇਕੁਮ ਸਰ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਭਾਈ ਜਾਨ। ਸਰ ਕੀ ਹਾਲ ਚਾਲ ਹੈ? ਠੀਕ ਠਾਕ। ਅਲਹਮਦੁਲਿਲਾ ਸ਼ੁਕਰ ਹੈ ਜੀ। ਸਰ ਕੀ ਨਾਮ ਹੈ ਆਪਣਾ? ਮੇਰਾ ਨਾਮ ਕਸਵਰ ਅਬਾਸ ਜੀ। ਕਸਵਰ ਭਾਈ, ਇਹ ਦੱਸੋ ਸਰ, ਇਹ 22-24 ਦਾ ਹਾਰਸ ਪਾਵਰ ਦਾ ਬਲੈਕ ਹੋਲ ਇੰਜਨ ਹੈ? ਮੁਗਲ ਦਸਕਾ 22-24 ਦਾ ਪੱਕਾ। ਅੱਛਾ, ਤੇ ਸਰ ਕਿੰਨੇ ਅਰਸੇ ਤੋਂ ਇਹ ਚਲਾ ਰਹੇ? ਸਾਡੇ ਕੋਲ 97-98 ਤੋਂ। 97-98 ਤੋਂ? ਤੇ ਕੀ ਸ਼ੌਕ ਪਿਆ ਸਰ ਤੁਹਾਨੂੰ? ਤੁਹਾਡੇ ਸਿਰ ਤੇ ਬਿਜਲੀ ਖੜੀ ਹੈ। ਆਟਾ ਲੱਗੇ ਨੇ, ਆਟਾ ਮਸ਼ੀਨ ਨੇ। ਤੇ ਸਰ ਇਸ ਦੀ ਪਰਫਾਰਮੈਂਸ ਕੀ ਹੈ? ਇੱਕ ਘੰਟੇ ਦੇ ਵਿੱਚ ਕੀ ਐਵਰੇਜ ਦੇ ਰਿਹਾ? ਇਹ ਸਰ ਆਰਿਆ ਦੇ ਵਿੱਚ ਆਰਿਆ ਇੱਕ ਚੱਲੇ, ਫਿਰ 2 ਲੀਟਰ, 2.25 ਲੀਟਰ। ਅੱਛਾ। 2 ਚੱਲਣ, ਫਿਰ 3 ਲੀਟਰ। ਅੱਛਾ। ਚੱਕੀ ਚੱਲੇ ਤਾਂ ਫਿਰ 4 ਲੀਟਰ। ਜੀ ਜਨਾਬ। ਅਤੇ ਸਰ ਇਹ ਅਗਰ ਇਹ ਖਰਾਬ ਹੋ ਜਾਂਦਾ ਹੈ ਤਾਂ ਇਸ ਦੀ ਰਿਪੇਅਰ ਵਗੈਰਾ ਰਿਪੇਅਰੈਂਸ ਆਪ ਹੀ ਕਰਦੇ ਹੋ ਜਾਂ ਡਿਸਕਾ ਲੈ ਕੇ ਜਾਣਾ ਪੈਂਦਾ ਤੁਹਾਨੂੰ? ਇਹ ਸਰ ਛੋਟਾ ਬਹੁਤ ਹੋਵੇ ਤਾਂ ਆਪ ਕਰ ਲਵੇਂਦਾ ਹੈ। ਅੱਛਾ। ਆਪਣੇ ਹਿਸਾਬ ਤੋਂ ਬਾਹਰ ਹੋਵੇ, ਥੋੜ੍ਹਾ ਓਵਰ ਕੰਮ ਹੋਵੇ ਤਾਂ ਮੁੜ ਮੁਲਤਾਨ ਆਪਣਾ। ਅੱਛਾ, ਮੁਲਤਾਨ ਇਸ ਦੇ ਕਾਰੀਗਰ ਹੈ। ਅੱਛਾ, ਫਿਰ ਪਾਣੀ ਮਿਲ ਜਾਂਦਾ ਹੈ। ਠੀਕ ਹੋ ਗਿਆ ਸਰ, ਜ਼ਿਆਦਾ ਕੰਮ ਹੋਵੇ ਤਾਂ ਮੁਲਤਾਨ ਲਈ ਵਜੀ ਹੋਵੇ। ਜੀ ਜਨਾਬ, ਬਹੁਤ ਸ਼ੁਕਰੀਆ ਜਨਾਬ। ਤੁਸੀਂ ਦੇਖ ਰਹੇ ਸੀ ਇਹ ਬਲੈਕ ਹੋਲ ਇੰਜਨ, ਅੱਜ ਦਾ ਜਨਾਬ ਵੀਡੀਓ ਬਹੁਤ ਹੀ ਸ਼ਾਨਦਾਰ। ਹੁਣ ਜਨਾਬ ਇਸ ਨੂੰ ਅਸੀਂ ਸਟਾਰਟ ਕਰਦੇ ਹਾਂ, ਸਟਾਰਟ ਕਰਕੇ ਦਿਖਾਉਂਦੇ ਹਾਂ ਜਨਾਬ ਇਹ ਕਿਸ ਤਰ੍ਹਾਂ ਵਰਕ ਕਰਦਾ, ਯਾਨੀ ਕਿ ਆਰਾ ਮਸ਼ੀਨ ਦੇ ਨਾਲ। ਬਹੁਤ ਸ਼ੁਕਰੀਆ ਜਨਾਬ। ਅਸਲਾਮ ਭਰਾਓ ਥੋੜ੍ਹਾ ਜਿਹਾ। ਜੀ ਜਨਾਬ, ਹੁਣ ਅਸੀਂ ਸਟਾਰਟ ਕਰਾਂਗੇ। Thank you.